ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਂਦੀ ਕੋਸ਼ਿਸ਼ ਕਰ ਰਿਹਾ ਅਮਰਤਪਾਲ ਐਂਟੀ ਟੈਰਰਿਸਟ ਫਰੰਟ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ ਐਂਟੀ ਟੈਰਰਿਸਟ ਫਰੰਟ ਆਫ ਇੰਡੀਆ ਵੱਲੋਂ ਵੀਰਵਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਫਰੰਟ ਦੇ ਪ੍ਰਧਾਨ ਵਿਰੇਸ਼ ਸੰਢਿਆਲਿਆਂ ਨੇ ਮੰਗ ਪੱਤਰ ਰਾਹੀਂ ਰਾਜਪਾਲ ਨੂੰ ਜਥੇਬੰਦੀ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਤਪਾਲ ਸਿੰਘ ਵਿਰੁੱਧ ਸ਼ਿਕਾਇਤ ਕੀਤੀ ਮੰਗ ਪੱਤਰ ਰਾਹੀਂ ਸੰਢਿਆਲਿਆਂ ਨੇ ਦੋਸ਼ ਲਾਇਆ ਕਿ ਅਮਰਤਪਾਲ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਅਮਰਤਪਾਲ ਨੂੰ ਦੂਜਾ ਪਿੰਡਰਾਂ ਵਾਲਾ ਬਣ ਕੇ ਆਇਆ ਹੈ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ ਇਸ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਸੁਦੀਰ ਸੂਲੀ ਕਤਲ ਮਾਮਲੇ ਵਿੱਚ ਅਮਰਪਾਲ ਨੂੰ ਸ਼ਾਮਲ ਕੀਤਾ ਜਾਵੇ ਪੰਜਾਬ ਦੇ ਸਾਰੇ ਗੁਰੂ ਘਰਾਂ ਤੋਂ ਹਟਾਈ ਜਾਵੇ ਪਿੰਡਰਾਂ ਵਾਲੀ ਦੀ ਤਸਵੀਰ ਇਹ ਵੀ ਉਹਨਾਂ ਨੇ ਕਿਹਾ ਹੈ ਕੇਜਰੀਵਾਲ ਦਾ ਇਹ ਵੀ ਦੱਸਣਾ ਹੈ ਕਿ ਉਹ ਪਿੰਡਰਾਂ ਵਾਲੇ ਨੂੰ ਸੰਤ ਮੰਨਦੇ ਹਨ ਤੇ ਸ਼ਹੀਦ ਕਹਿੰਦੇ ਹਨ ਜੇਕਰ ਨਹੀਂ ਤਾਂ ਫਿਰ ਉਸ ਦੀਆਂ ਤਸਵੀਰਾਂ ਥਾਂ-ਥਾਂ ਕਿਉਂ ਲੱਗੀਆਂ ਨੇ ਰਾਜਾ ਵੜਿੰਗ ਨੂੰ ਧਮਕੀ ਦੇਣ ਤੇ ਅਮਰਤਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ੜਕਾਉ ਸ਼ਬਦਾਵਲੀ ਵਰਤਕਾਰਨ ਪੁਲਿਸ ਤੇ ਅਮਰਤਪਾਲ ਸਿੰਘ ਮੈਰੋ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੀ ਅਗਲੀ ਕਾਰਵਾਈ ਆਰੰਭ ਦਿੱਤੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧਮਕੀ ਦੇਣ ਵਾਲੇ ਮਾਮਲੇ ਦੇ ਖਿਲਾਫ ਪੁਲਿਸ ਨੇ ਅਮਰਤਪਾਲ ਸਿੰਘ ਮੈਰੋ ਦੇ ਖਿਲਾਫ ਮਾਮਲਾ ਦਰਜ ਕੀਤਾ ਲੁਧਿਆਣਾ ਪੁਲਿਸ ਨੇ ਐਫ ਆਈ ਆਰ ਦਰਜ ਕਰਦਿਆ ਕਿਹਾ ਹੈ ਕਿ ਹਥਿਆਰਾਂ ਦੀ ਨਮਾਇਸ਼ ਕਰਨਾ ਜਾਂ ਫਿਰ ਨਫਰਤ ਦੀ ਭਾਸ਼ਣ ਦੇਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਸਖਤੀ ਵਰਤਦੇ ਹੋਏ ਅਮਰਤਪਾਲ ਸਿੰਘ ਮੈਰੋ ਉੱਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਧਮਕੀ ਦੇਣ ਤੇ ਨਫਰਤੀ ਭਰੇ ਭਾਸ਼ਣ ਦੇਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ ਵੱਡੀ ਖਬਰ ਆ ਜੀ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਤੇ ਲਾਈ ਰੋਕ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਸੂਬੇ ਦੀਆਂ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਦਾ ਫੈਸਲਾ ਕੀਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਹਰਿਆਣਾ ਸਰਕਾਰ ਦੇ ਵੱਲੋਂ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਤੇ ਰੋਕ ਲਾ ਦਿੱਤੀ ਹੈ ਜਸਟਿਸ ਲੀਜ਼ਾ ਗੇਲਾ ਤੇ ਜਸਟਿਸ ਹਰੀਤੂ ਟੈਗੋਰ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨਾਂ ਪੰਚਾਇਤਾਂ ਨੂੰ ਤਬਦੀਲ ਕਰਨ ਤੇ ਰੋਕ ਨਾਲ ਇਹ ਮਾਮਲਾ ਸੁਣਵਾਈ ਲਈ ਚੀਫ ਜਸਟਿਸ ਕੋਲ ਭੇਜ ਦਿੱਤਾ ਹੈ। ਵਰਨਣਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਵੀ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਾਂ ਤਾਂ ਲੋਕ ਸ਼ਾਮਲਾਟ ਜ਼ਮੀਨਾਂ ਦੇ ਕਬਜ਼ੇ ਛੱਡ ਦੇਣ ਜਾਂ ਫਿਰ ਬਿੱਲ ਭਰਨ ਲਈ ਤਿਆਰ ਰਹਿਣ। ਸ਼ਾਮਲਾੜ ਜ਼ਮੀਨਾਂ ਤੇ ਬਣਾਏ ਗਏ ਫਾਰਮ ਹਾਊਸ ਅਤੇ ਘਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਜੂ ਸ਼ਾਮਲਾੜ ਜ਼ਮੀਨਾਂ ਦੇ ਵਿੱਚ ਫਾਰਮ ਹਾਊਸ ਚੌਂਪੜੀਆਂ ਇੱਥੋਂ ਤੱਕ ਕਿ ਘਰ ਅਤੇ ਜਾਇਦਾਦਾਂ ਵੀ ਬਣੀਆਂ ਹੋਈਆਂ ਨੇ ਦੋਸਤੋ ਤੁਹਾਡੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਜੇਕਰ ਲੋਕਾਂ ਨੇ ਸ਼ਾਮਲਾੜ ਜ਼ਮੀਨ ਤੱਬੀ ਆ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਪੰਜਾਬੀ ਫਿਲਮ ਡਾਇਰੈਕਟਰ ਸੁਖਦੀਪ ਸਿੰਘ ਸੁਖੀ ਦਾ ਦਿਹਾਂਤ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰ ਸੁਖਦੀਪ ਸਿੰਘ ਸੁਖੀ ਦਾ ਦਿਹਾਂਤ ਹੋ ਗਿਆ ਹੈ ਸੁਖਦੀਪ ਸੁਖੀ ਦੇ ਇੰਸਟਾਗ੍ਰam ਅਕਾਊਂਟ ਤੇ ਉਸ ਦੇ ਪ੍ਰਾਮਣਿਤ ਵੱਲੋਂ ਸੁਖੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ ਸੁਖਦੀਪ ਸੁਖੀ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਨੇ ਸੁਖੀ ਵੱਲੋਂ ਡਾਇਰੈਕਟ ਕੀਤਾ ਆਖਰੀ ਗੀਤ ਮਿਸਯੂਜ਼ ਕਿ ਉਸ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ UAE ਤੋਂ ਐਂਟਰੀ ਦੇ ਨਵੇਂ ਨਿਯਮ ਜਾਰੀ UAE ਪ੍ਰਸ਼ਾਸਨ ਨੇ ਆਪਣੇ ਯਾਤਰਾ ਦਿਸ਼ਾ ਨਿਰਦੇਸ਼ਾਂ ਵਿੱਚ ਇੱਕ ਨਵੇਂ ਬਦਲਾਅ ਦਾ ਐਲਾਨ ਕੀਤਾ ਇਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਦੇ ਪਾਸਪੋਰਟ ਤੇ ਸਿੰਗਲ ਨਾਮ ਲਿਖਿਆ ਉਹ ਟੂਰਿਸਟ ਜਾਂ ਕਿਸੇ ਹੋਰ ਕਿਸਮ ਦਾ ਵੀਜ਼ਾ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੂੰ UAE ਵਿੱਚ ਯਾਤਰਾ ਕਰਨ ਜਾਂ ਇਥੋਂ ਕਿਤੇ ਹੋਰ ਯਾਤਰਾ ਕਰਨ ਦੀ ਇਜਾਜ਼ਤ ਲਈ ਯਾਤਰੀਆਂ ਦੇ ਪਹਿਲੇ ਅਤੇ ਆਖਰੀ ਦੋਵਾਂ ਨੂੰ ਸਪਸ਼ਟ ਤੌਰ ਤੇ ਕੋਸ਼ਤ ਕਰਨ ਦੀ ਲੋੜ ਹੈ ਪਾਕਿਸਤਾਨ ਨੂੰ ਮਿਲਿਆ ਨਵਾਂ ਫੌਜ ਮੁਖੀ ਅਸੀਮ মুনੀਰ ਬਣਿਆ ਆਰਮੀ ਚੀਫ 3 ਕੋਰਟ ਚ ਪਟੀਸ਼ਨ ਕੀਤੀ ਧਾਇਰ ਪਿਤਾ ਨੂੰ ਡੈਥ ਇੰਜੈਕਸ਼ਨ ਦਿੱਤੇ ਜਾਣ ਸਮੇ ਮੌਜੂਦ ਰਹਿਣ ਦੀ ਮੰਗੀ ਮਨਜ਼ੂਰੀ ਵੱਡੀ ਖਬਰ ਹੈ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਮਰੀਕਾ ਦੇ ਵਿੱਚ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ੀ ਕੇਵਨ ਜੌਨਸਨ ਨੂੰ 29 ਨਵੰਬਰ ਨੂੰ ਡੈਥ ਇੰਜੈਕਸ਼ਨ ਦੇ ਨਾਲ ਸਜ਼ਾਏ ਮੌਤ ਦਿੱਤੀ ਜਾਵੇਗੀ ਕੇਵਨ ਦੀ 19 ਸਾਲਾ ਬੇਟੀ ਨੇ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਪਿਤਾ ਨੂੰ ਮਰਦੇ ਹੋਏ ਦੇਖਣਾ ਚਾਹੁੰਦੀ ਹੈ। ਲਿਹਾਜ਼ਾ ਉਸ ਨੂੰ ਡੈਥ ਇੰਜੈਕਸ਼ਨ ਦਿੱਤੇ ਜਾਣ ਦੇ ਸਮੇਂ ਮੌਜੂਦ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇ। ਕੇਵਨ ਨੂੰ ਮਸੂਰੀ ਦੇ ਇੱਕ ਜੇਲ੍ਹ ਵਿੱਚ ਡੈਥ ਇੰਜੈਕਸ਼ਨ ਲਾਇਆ ਜਾਵੇਗਾ ਇੱਥੋਂ ਦੇ ਕਾਨੂੰਨ ਅਨੁਸਾਰ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੇ ਹੀ ਸਜ਼ਾ ਦੇਣ ਲਈ ਹਾਜ਼ਰ ਨਹੀਂ ਹੋ ਸਕਦੇ 2005 ਚ ਕੇਵਨ ਵਿਲੀਅਮ ਮੇਕਹੰਟੇਕ ਪੁਲਿਸ ਅਧਿਕਾਰੀ ਨੂੰ ਮਾਰ ਦਿੱਤਾ ਸੀ ਜੋ ਉਸ ਦੇ ਘਰ ਛਾਪਾ ਮਾਰਨ ਆਇਆ ਸੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਚੰਡੀਗੜ੍ਹ ਵਿੱਚ ਸਨੀਚਰਵਾਰ ਅਤੇ ਐਤਵਾਰ ਵੀ ਖੁੱਲਣਗੇ ਸਰਕਾਰੀ ਦਫ਼ਤਰ ਸਟਾਫ ਨੂੰ ਆਉਣਾ ਪਵੇਗਾ ਦਫ਼ਤਰ ਪ੍ਰਸ਼ਾਸਨ ਦੇ ਸਲਾਹ ਕਰ ਦਫਤਰ ਦਾ ਕੰਮਕਾਜ ਪੂਰੀ ਤਰ੍ਹਾਂ ਬਦਲ ਗਿਆ ਜੀ ਹੁਣ ਫਾਈਲ ਫਿਜ਼ੀਕਲ ਤੌਰ ਤੇ ਇੱਥੇ ਨਹੀਂ ਆਵੇਗੀ ਸਿਰਫ ਈਮੇਲ ਆਵੇਗੀ ਜੇਕਰ ਕੋਈ ਫਾਈਲ ਫਿਜ਼ੀਕਲ ਤੌਰ ਤੇ ਆਉਂਦੀ ਹੈ ਤਾਂ ਵਾਪਸ ਕਰ ਦਿੱਤੀ ਜਾਵੇਗੀ ਨਵੀਂ ਕਾਰਜਸ਼ੀਲਤਾ ਨੂੰ ਈ ਆਫਿਸ ਮੋਡਿਊਲ ਤਹਿਤ ਪੇਸ਼ ਕੀਤਾ ਗਿਆ ਹੈ ਹੁਣ ਸਾਰੇ ਕੰਮ ਇੱਥੇ ਹੋਣਗੇ ਵਿਜੀਲੈਂਸ ਸਕੱਤਰ ਅਸ਼ਪਾਲ ਗਰਗਰੇ ਨੇ ਸਪਸ਼ਟ ਕੀਤਾ ਕਿ 30 ਨਵੰਬਰ ਤੱਕ ਸਾਰੀਆਂ ਫਾਈਲਾਂ ਨੂੰ ਈ ਆਫਿਸ ਸਿਸਟਮ ਵਿੱਚ ਦਾਖਲ ਕਰਨਾ ਹੋਵੇਗਾ ਜੇਕਰ ਇਸ ਤੋਂ ਬਾਅਦ ਕੋਈ ਫਾਈਲ ਰਹਿ ਜਾਂਦੀ ਹੈ ਤਾਂ ਐਂਟਰ ਨਹੀਂ ਕੀਤੀ ਜਾ ਸਕੀਗੀ ਅਜਿਹਾ ਕਰਨ ਲਈ ਚੇਕ ਕਰ ਦਫ਼ਤਰ ਸਨੇਚਰ ਅਤੇ ਐਤਵਾਰ ਨੂੰ ਖੋਲਨੇ ਪੈਦਾ ਖੋਲੇ ਜਾਣਗੇ ਮੰਨਿਆ ਜਾ ਰਿਹਾ ਹੈ ਕਿ ਸਨੇਚਰ ਅਤੇ ਐਤਵਾਰ ਨੂੰ ਉਹਨਾਂ ਵਿਭਾਗਾਂ ਬੋਰਡ ਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਦਫ਼ਤਰ ਆਣਾ ਪਵੇਗਾ ਜਿਹੜੇ ਈ ਆਫਿਸ ਮੋਡਿਊਲ ਦੀ ਫਾਈਲ ਦਾਖਲ ਨਹੀਂ ਕਰ ਸਕਣਗੇ ਸੁਦੀਰ ਸੂਦੀ ਦੇ ਕਾਤਲ ਦੇ ਪਰਿਵਾਰ ਨਾਲ ਬਿਕਰਮ ਮਦੀਠੀਆਂ ਨੇ ਕੀਤੀ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਹਿੰਦੂ ਸਿੱਖ ਇਕਤਾ ਲਈ ਹਰ ਕੋਈ ਚਿੰਤਾਤਾ ਕਿਉਂਕਿ ਉਹਨਾਂ ਦੀ ਇਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸ਼ਾਂਤੀ ਦੀ ਖਾਤਰ ਕੁਰਬਾਨੀਆਂ ਦੇਣ ਲਈ ਤਿਆਰ ਉਹਨਾਂ ਨੇ ਕਿਹਾ ਜੀ ਸਰਕਾਰ ਨੂੰ ਕੁਝ ਲੋਕਾਂ ਦੀ ਚੁੱਪ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਸੰਦੀਪ ਦੇ ਪਰਿਵਾਰ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਮਜੀਠੀਆ ਨੇ ਕਿਹਾ ਕਿ ਸੰਦੀਪ ਦਾ ਪ੍ਰਮੋਦੀਪ ਅਤੇ ਹਰਦੀਪ ਉਹਨਾਂ ਦੇ ਨਾਲ ਹਨ ਉਹਨਾਂ ਨੇ ਪਰਿਵਾਰ ਸਮੇਤ ਨਵੇਂ ਪੁਲਿਸ ਕਮਿਸ਼ਨਰ ਕੋਲ ਗਿਆ ਸੰਦੀਪ ਖਿਲਾਫ ਮਾਮਲਾ ਦਰਜ ਸੀ ਜਾਂ ਫਿਰ ਉਸ ਦਾ ਰਮਾਨ ਵੀ ਲੈ ਲਿਆ ਗਿਆ ਸੀ ਤੇ ਹੁਣ ਉਹ ਜੇਲੰਦਰਾ ਸੂਰੀ ਦੇ ਕਤਲ ਨੂੰ ਅੰਦਰ ਰੱਖਣਾ ਠੀਕ ਹੈ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਜਨੀ ਵੀ ਕੀਤੀ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ ਐਡਜੀਪੀਐਸ ਦੀਆਂ ਚੋਣਾਂ ਨੂੰ ਲੈ ਕੇ ਮਾਨ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰੇਗੀ ਹਾਲਾਂਕਿ ਆਪ ਇਹਨਾਂ ਚੋਣਾਂ ਵਿੱਚ ਸਿੱਧੇ ਤੌਰ ਤੇ ਇਸਾ ਨਹੀਂ ਲਵੇਗੀ ਪਰ ਉਹ ਆਪਣੇ ਕਰੀਬੀ ਸਮਰਥਕਾਂ ਦਾ ਸਾਥ ਦੇਵੇਗੀ ਸਰਕਾਰ ਨੇ ਸ਼ਰੂਮਣੀ ਕਮੇਟੀ ਚੋਣਾਂ ਕਰਵਾਉਣ ਲਈ ਅਕਾਲੀ ਦਲ ਅੰਮ੍ਰਿਤਸਰ ਦੀ ਮੰਗ ਨੂੰ ਆਧਾਰ ਬਣਾਇਆ ਹੈ ਅਕਤੂਬਰ ਦੇ ਆਖਰੀ ਹਫਤੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਨੇ ਕੁੱਝ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਐਸਡੀਪੀਸੀ ਚੋਣਾਂ ਲਈ ਗੁਰਸਿੱਖ ਵੋਟਰਾਂ ਦੀ ਸੂਚੀ ਤਿਆਰ ਕਰਵਾਈ ਜਾਵੇ ਤੇ ਸ਼ਰੂਮਣੀ ਕਮੇਟੀ ਇਹ ਦੀਆਂ ਆਮ ਚੋਣਾ ਕਰਵਾਈਆਂ ਜਾਂ ਤੇ ਲੰਬੇ ਸਮੇਂ ਬਾਅਦ ਇਹ ਚੋਲਾ ਪਹਿਲਾ ਵਾਂਗ ਸ਼ਰਮਸ਼ਾਤੀ ਨਾਲ ਨਹੀਂ ਸਗੋ ਬੋਟਾਂ ਰਾਈ ਹੋਣ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤਾ ਨਵਾਂ ਹੁਕਮ ਸਕੂਲ ਸਿੱਖਿਆ ਵਿਭਾਗ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਐਲੀਮੈਂਟਰੀ ਸਿੱਖਿਆ ਨੂੰ ਵਿਦਿਆਰਥੀ ਤੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਤੇ ਜਾਣ ਲਈ ਵਿਦਿਆਰਥੀਆਂ ਨੂੰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਅਨੁਸਾਰ ਵਿਦਿਅਕ ਟੂਰ ਤੇ ਵਿਦਿਆਰਥੀਆਂ ਨੂੰ ਲੈ ਕੇ ਜਾਣ ਤੋਂ ਪੱਲਾ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਜਾਜ਼ਤ ਲੈਣੀ ਪਵੇਗੀ ਸਕੂਲ ਮੁਖੀ ਵੱਲੋਂ ਵਿਦਿਅਕ ਟੂਰ ਤੇ ਲਿਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖਤੀ ਸਹਿਮਤੀ ਲੈਣੀ ਪਵੇਗੀ ਸਕੂਲ ਮੁਖੀ ਵੱਲੋਂ ਯਕੀਨੀ ਬਣਾਇਆ ਜਾਵੇਗਾ ਕਿ ਸਕੂਲ ਵਿਦਿਅਕ ਟੂਰ ਦੇ ਪਾਠਕ੍ਰਮ ਨਾਲ ਸਬੰਧਤ ਹੋਣ ਦੇ ਨਾਲ-ਨਾਲ ਗਿਆਨ ਦੇ ਵਿੱਚ ਵਾਧਾ ਕੀਤਾ ਜਾਵੇਗਾ ਪੰਜਾਬ ਚ ਅਸਮਾਨੀ ਚੜੀਆਂ ਉਸਾਰੀ ਦੀਆਂ ਕੀਮਤਾਂ ਇੱਟਾਂ ਸੜੀਆਂ ਮਹਿੰਗੇ ਹੋਣ ਕਾਰਨ ਬਿਲਡਰਾਂ ਨੂੰ ਲੱਗਾ ਝਟਕਾ ਉਸਾਰੀ ਸਮਗਰੀ ਦੀਆਂ ਵਧੀਆਂ ਕੀਮਤਾਂ ਕਾਰਨ ਰੀਅਲ ਏਸਟੇਟ ਡਿਵੈਲਪਰਾਂ ਦੇ ਸਾਹ ਫੁੱਲ ਗਏ ਨੇ ਹਾਲਾਤ ਇਹ ਬਣਦੇ ਜਾ ਰਹੇ ਨੇ ਕਿ ਜੇਕਰ ਕੱਚੇ ਮਾਲ ਦੀਆਂ ਕੀਮਤਾਂ ਤੇ ਉਸਾਰੀ ਦੀ ਲਾਗਤ ਇਸੇ ਤਰ੍ਹਾਂ ਵਧਦੀ ਰਹੀ ਤਾਂ ਆਪਣੇ ਪ੍ਰੋਜੈਕਟ ਪੂਰੇ ਨਹੀਂ ਕਰ ਸਕਣਗੇ ਉਹਨਾਂ ਦਾ ਕਾਰੋਬਾਰ ਥੱਪ ਹੋ ਜਾਵੇਗਾ ਪੰਜਾਬ ਚ ਬਰੀਕ ਅਤੇ ਮੋਟੇ ਰੇਤੇ ਦੇ ਪਾ ਬਹੁਤ ਜ਼ਿਆਦਾ ਹੋ ਗਏ ਨੇ ਸਰਕਾਰ ਕਰਚਰਾਂ ਤੇ ਬੁਰੀ ਤਰ੍ਹਾਂ ਕੇਰੀ ਹੋਈ ਹੈ ਜਿਸ ਕਰਕੇ ਬਿਲਡਰਾਂ ਨੂੰ ਬਾਹਰਲੇ ਰਾਜ ਤੋਂ ਮਾਲ ਮੰਗਵਾਉਣਾ ਪੈਂਦਾ ਹੈ। ਇਨਾਂ ਹੀ ਨਹੀਂ ਪਿਛਲੇ 3 ਦਿਨਾਂ ਵਿੱਚ ਲੋਹੇ ਦੀ ਕੀਮਤ 5 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਦਾ ਵਾਧਾ ਹੋਣ ਨਾਲ ਰਿਬਾਰ ਮਹਿੰਗਾ ਹੋ ਗਿਆ। ਸੀਮਿੰਟ ਦਾ ਤੇਲਾ 300 80 ਤੱਕ ਪਹੁੰਚ ਗਿਆ ਜਿਹੜਾ 300 ਰੁਪਏ ਸੀ। 4 ਲੱਖ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਫਰੂਜ਼ਪੁਰ ਦੀ ਔਰਤ ਪੰਜਾਬ ਦੇ ਕਾਫੀ ਬੱਚੇ ਤੇ ਪਰਿਵਾਰ ਵਿਦੇਸ਼ਾਂ ਚ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਜਿਹੜੇ ਸਾਈਬਰ ਠੱਗ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਆਪਣੇ ਖਾਤੇ ਚੋਂ ਪੈਸੇ ਪਵਾ ਰਹੇ ਨੇ ਅਜਿਹਾ ਮਾਮਲਾ ਫਰੂਜ਼ਪੁਰ ਤੋਂ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਵਿਦੇਸ਼ ਚ ਰਹਿੰਦੇ ਮੁੰਡੇ ਦਾ ਦੋਸਤ ਦੱਸ ਕੇ ਉਸ ਕੋਲੋਂ ਮਦਦ ਮੰਗਦਾ ਉਹ ਕਹਿੰਦਾ ਕਿ ਉਸ ਦੀ ਮਾਂ ਤਾਂ ਬਿਮਾਰ ਹੈ ਉਹਨਾਂ ਦਾ ਇਲਾਜ ਕਰਵਾਉਣ ਲਈ ਕੁਝ ਪੈਸੇ ਚਾਹੀਦੇ ਨੇ। ਉਸ ਦੇ ਅਕਾਊਂਟ 'ਚੋਂ ਪੈਸੇ ਭੇਜ ਦਵੇ ਜਿਸ ਤੋਂ ਬਾਅਦ ਉਸ ਦੀਆਂ ਗੱਲਾਂ ਦੇ ਵਿੱਚ ਆ ਕੇ ਉਸ ਦੇ ਖਾਤੇ 'ਚੋਂ 4 ਲੱਖ ਪੈਸੇ ਭੇਜ ਦਿੱਤੇ ਨੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਰਿਚਾ ਚੱਡਾ ਨੇ ਭਾਰਤੀ ਫੌਜ ਦਾ ਮਜ਼ਾਕ ਉਡਾ ਕੇ ਮੰਗੀ ਮਾਫੀ ਸਿਰਸਾ ਨੇ ਪੁਲਸ ਕਾਰਵਾਈ ਦੀ ਕੀਤੀ ਮੰਗ ਸੋਸ਼ਲ ਮੀਡੀਆ ਤੇ ਲੋਕ ਰਿਚਾ ਚੱਡਾ ਨੂੰ ਲੈ ਕੇ ਗੁੱਸੇ ਨੇ ਲਗਾਤਾਰ ਟ੍ਰੋਲ ਕਰ ਰਹੇ ਨੇ ਦਰਅਸਲ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦੇਵੇਦੀ ਨੇ ਮੰਗਲਵਾਰ ਨੂੰ ਗਾਇ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਵਰਗੇ ਹਦਾਇਤਾਂ ਤੇ ਲਾਗੂ ਕਰਨ ਲਈ ਤਿਆਰ ਹੈ ਕਾਫੀ ਟਰੋਲਿੰਗ ਦਾ ਸਾਹਮਣਾ ਹੋਣ ਤੋਂ ਬਾਅਦ ਉਸਨੇ ਮਾਫੀ ਮੰਗ ਲਈ ਹੈ। ਅਸਲਾ ਲਾਇਸੈਂਸ ਤਾਰਕਾਂ ਨੂੰ ਜਾਰੀ ਕੀਤੇ ਗਏ ਨਵੇਂ ਹੁਕਮ ਮੁਹਾਲੀ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੈਂਸ ਤਾਰਕਾਂ ਨੂੰ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ 1 ਤਾਰਿਖ ਤਿੰਨ ਵਿੱਚ ਸੂਧ ਅਨੁਸਾਰ ਅਸਲਾ ਲਾਇਸੈਂਸ ਸਿਰਫ 2 ਹਥਿਆਰ ਰੱਖਣ ਦੀ ਇਜਾਜ਼ਤ ਹੋਵੇਗੀ। ਜਿਨ੍ਹਾਂ ਕੋਲੇ 3 ਲਾਇਸੈਂਸ ਸੁਦਾ ਹਥਿਆਰ ਨੇ ਉਹਨਾਂ ਨੂੰ ਤੀਸਰਾ ਹਥਿਆਰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਦੇ ਵਿੱਚ 54 ਅਜਿਹੇ ਲੈਸੰਸ ਤਾਰ ਖਾਨ ਜਿਨ੍ਹਾਂ ਨੇ ਹਲੇ ਤੱਕ ਆਪਣੇ ਲੈਸੰਸ ਵਿੱਚੋਂ ਤੀਜਾ ਅਸਲਾ ਡੀਲੀਟ ਨਹੀਂ ਕਰਵਾਇਆ ਤੇ ਨਾ ਹੀ ਥਾਣੇ ਵਿੱਚ ਜਮਾ ਕਰਵਾਇਆ ਹੈ। ਸੋਸ਼ਲ ਮੀਡੀਆ ਤੇ ਕੁੱਲੜ ਪੀਜਾ ਤੋਂ ਮਸ਼ਹੂਰ ਜੋੜੇ ਦੇ ਖਿਲਾਫ ਕੇਸ ਦਰਜ। ਲੁਧਿਆਣਾ ਦੇ ਨਾਮੀ ਜੁਲਰਾਂ ਤੇ ਛਾਪੇ ਆਮਨ ਕਰ ਵਿਭਾਗ ਤੋਂ ਡਰਦੇ ਸ਼ਹਿਰ ਦੇ ਬਾਕੀ ਜੁਲਰਾਂ ਨੇ ਸ਼ੋਅਰੂਮ ਤੇ ਮੋਬਾਈਲ ਫੋਨ ਕੀਤੇ ਬੰਦ। ਆਮਦਨ ਕਰ ਵਿਭਾਗ ਨੇ ਪ੍ਰਮੁੱਖ ਜੁਵਲਰਾਂ ਤੇ ਛਾਪੇਮਾਰੀ ਵਿਭਾਗ ਦੀਆਂ ਕਈ ਟੀਮਾਂ ਤੜਕੇ ਨਿੱਕਾ ਕਾ ਮਲ ਜੁਵਲਰਜ਼ ਸਰਦਾਰ ਜੁਵਲਰ ਅਤੇ ਮਨੀ ਰਾਮ ਬਲਵੰਤਰਾਏ ਜੁਵਲਰਜ਼ ਦੇ ਕਰਾਂ ਤੋਂ ਸ਼ੋਰੂਮ ਤੋਂ ਛਾਪੇਮਾਰੀ ਕੀਤੀ ਟੀਮਾਂ ਨਾਲ ਪੁਲਿਸ ਛਾਪਿਆਂ ਦੀਆਂ ਖਬਰ ਫੈਲਦੇ ਹੀ ਸ਼ਹਿਰ ਦੇ ਜੁਵਲਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਆਪਣੇ ਸ਼ੋਰੂਮਾਂ ਦੇ ਸ਼ਟਰ ਸੁੱਟ ਕੇ ਮੋਬਾਈਲ ਫੋਨ ਬੰਦ ਕਰ ਦਿੰਦੇ ਨੇ ਪਾਕੜਾ ਦਾ ਪਾਣੀ ਪੰਜਾਬ ਦੇ ਸਵਾਲ ਅੱਗੇ ਹਰਿਆਣਾ ਲਾਜਵਾ ਪੰਜਾਬ ਸਰਕਾਰ ਦੇ ਦਬਕੇ ਮਗਰੋਂ ਪਾਣੀਆਂ ਦੇ ਮਸਲੇ ਤੇ ਹਰਿਆਣਾ ਨੂੰ ਮੋੜ ਘਟਨਾ ਪਿਆ ਜੀ ਕਣਕ ਦੇ ਸੀਜ਼ਨ ਦੌਰਾਨ ਪਾਣੀ ਦੀ ਮੰਗ ਚ ਕਮੀ ਆ ਜਾਂਦੀ ਹੈ ਜਦੋਂ ਹਰਿਆਣਾ ਬੀਬੀ ਐਮਬੀ ਤੋਂ ਪਾਣੀ ਲੈਣ ਤਨਕਾਰੀ ਹੋ ਜਾਂਦਾ ਜਿਸ ਕਰਕੇ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਜਾਂਦਾ ਹੈ ਇਹ ਵਾਧੂ ਪਾਣੀ ਸਤਲੁਜ ਤੋਂ ਛੱਡੇ ਜਾਣ ਦੀ ਸੂਰਤ 'ਚ ਪੰਜਾਬ ਹਾੜਾਂ ਦੀ ਮਾਰ ਚੱਲਦਾ ਤੇ ਡੁੱਬੇ ਸਮੇਂ ਹਰਿਆਣਾ ਹੱਥ ਪਛਾਂ ਕੇ ਚਲੈਂਦਾ ਹੈ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਮਾਮਲਾ ਮੁਲਾਜ਼ਮਾ ਨੇ ਖੋਲਿਆ ਮਾਨ ਸਰਕਾਰ ਦੇ ਖਿਲਾਫ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਮੁਲਾਜ਼ਮਾ ਨੇ ਸਰਕਾਰ ਦੇ ਖਿਲਾਫ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਵਿਰੁੱਧ ਵਿੱਚ ਆਪਣੀ ਨਾਰਾਜ਼ਗੀ ਜਤਾਈ ਹੈ ਮੁਲਾਜ਼ਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਸ ਦੌਰਾਨ ਪ੍ਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਵਿਰੁੱਧ ਵਿੱਚ ਆਪਣੀ ਨਾਰਾਜ਼ਗੀ ਜਤਾਈ ਹੈ। ਓਪੀਐਸ ਦੀਆਂ ਹਦਾਇਤਾਂ ਵਿੱਚ ਸੋਧ ਕਰਨੀ ਜ਼ਰੂਰੀ ਆ ਵਿਭਾਗ ਨੂੰ ਭੇਜੀਆਂ ਜਾਣ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਕੈਬਨਿਟ ਮੀਟਿੰਗ ਵਿੱਚ ਲਿਆ ਫੈਸਲਾ। ਸ਼ਮਸ਼ਾਨ ਘਾਟ ਦੇ ਵਿੱਚ ਮਨਾਇਆ ਹੈਪੀ ਬਰਥਡੇ 100 ਤੋਂ ਜ਼ਿਆਦਾ ਲੋਕ ਪਹੁੰਚੇ ਕੇਕ ਕੱਟਿਆ ਬਰੀਆਨੀ ਵੀ ਵੰਡੀ। ਸੋ ਲੋਕਾਂ ਦੇ ਵੀ ਅਵਲੇ ਸ਼ੌਂਕ ਨੇ। ਖਬਰ ਸਰੀ ਤੋਂ ਅੱਜ ਜਿੱਥੇ ਛੋਟੇ ਭਰਾ ਨੂੰ ਸਕੂਲ ਚੋਂ ਲੈਣ ਗਿਆ 18 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਜੇ 18 ਸਾਲਾ ਨੌਜਵਾਨ ਮੈਕਪ੍ਰੀਤ ਸੇਠੀ ਵੱਜੋਂ ਉਸ ਦੀ ਪਛਾਣ ਹੋਈ ਆ ਤੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੇ ਵੱਲੋਂ ਬੁੱਧਵਾਰ ਨੂੰ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ ਕੈਨੇਡਾ ਦੇ ਮੈਨਿ ਪੰਜਾਬ ਵੱਲੋਂ ਅਵਾਰਡਾਂ ਦੀ ਵੰਡ ਲਈ ਪ੍ਰਕਿਰਿਆ ਸ਼ੁਰੂ 13 ਜਨਵਰੀ ਤੱਕ ਦਿੱਤੀ ਜਾ ਸਕਦੀ ਆ ਅਰਜੀ ਲੋਕਾਂ ਨੂੰ ਮਿਲੀ ਰਾਹਤ ਪੰਜਾਬ ਦੇ ਇਸ ਨੈਸ਼ਨਲ ਹਾਈਵੇ ਤੇ ਕਿਸਾਨਾਂ ਨੇ ਖੋਲਿਆ ਜਮ ਪਟਿਆਲਾ ਦੇ ਵਿੱਚ ਕਿਸਾਨਾਂ ਵੱਲੋਂ ਲਾਇਆ ਗਿਆ ਜਮ ਖੁੱਲ ਗਿਆ ਜੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ 3 ਘੰਟੇ ਤੋਂ ਬਾਅਦ ਪਟਿਆਲਾ ਰਾਜਪੁਰਾ ਨੈਸ਼ਨਲ ਹਾਈਵੇ ਤੇ ਜਮ ਖੋਲ ਦਿੱਤਾ ਕਿਸਾਨਾਂ ਨੇ ਦੁਪਹਿਰ 2 ਵਜੇ ਹੀ ਜਮ ਖੋਲਤਾ ਜਾਣਕਾਰੀ ਦੇ ਅਨੁਸਾਰ ਕੁਝ ਸਮਾਂ ਪਹਿਲਾਂ ਫਰੀਦਕੋਟ ਵਿੱਚ ਪ੍ਰਸ਼ਾਸਨ ਨਾਲ ਕਿਸਾਨਾਂ ਆਗੂਆਂ ਦੀ ਮੀਟਿੰਗ ਹੋਈ ਸੀ ਪਰ ਹਿੱਤ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਖੁਦ ਮੌਕੇ ਤੇ ਪਹੁੰਚ ਗਏ ਹਨ ਆਟਾ ਦਾਲ ਸਕੀਮ ਦੀ ਕੀਤੀ ਜਾ ਰਹੀ ਪੜਤਾਲ ਤੇ ਮਾਨ ਪੱਤਾ ਤੇ ਠੇਕਾ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਆਟਾ ਦਾਲ ਸਕੀਮ ਦੀ ਕੀਤੀ ਜਾ ਰਹੀ ਪੜਤਾਲ ਤੇ ਮਾਨ ਪੱਤਾ ਤੇ ਠੇਕਾ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿੱਚ ਵਾਦਾ ਹੋਇਆ ਜੀ ਲਾਭਪਾਤਰੀਆਂ ਦੀਆਂ ਵੈਰੀਫਿਕੇਸ਼ਨਾਂ ਤੇ ਗਰੀਬਾਂ ਦਾ ਚੁੱਲੇ ਚੱਲੇ ਗਰੀਬਾਂ ਦੇ ਚੱਲੇਗਾ ਕੋਹਾੜਾ ਸੋ ਵਿਵਾਦਾਂ ਚ ਗਰੀ ਆਟਾ ਦਾਲ ਸਕੀਮ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪੜਤਾਲ ਸਰਵੇਖਣ ਫਾਰਮ ਵਿੱਚ ਦਰਜ ਸ਼ਰਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਇੱਕ ਪਾਸੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਸਲਾਨਾ ਆਮਦਨ ਘੱਟੋ-ਘੱਟ 8 ਲੱਖ ਰੁਪਏ ਕੋਸ਼ਤ ਕਰਕੇ ਬਣਦੀਆਂ ਸਹੂਲਤਾਂ ਦੇਣ ਦੀ ਸਕੀਮ ਬਣਾਈ ਗਈ ਪਰ ਦੂਜੇ ਪਾਸੇ 60000 ਰੁਪਏ ਤੋਂ ਵੱਧ ਸਲਾਨਾ ਆਮਦਨ ਵਾਲੇ ਨੌਕਰੀ ਪੇਸ਼ਾ ਵਿਅਕਤੀਆਂ ਦੇ ਰਾਸ਼ਨ ਕਾਰਡਾਂ ਨੂੰ ਆਟਾ ਦਾਲ ਸਕੀਮ ਤੋਂ ਲਾਂਭੇ ਕਰਨ ਦੀ ਤਿਆਰੀ ਹੋ ਰਹੀ ਹੈ ਗੁਰਪ੍ਰੀਤ ਘੁੱਗੀ ਦੀ ਫਿਲਮ ਦਾਸਤਾਂ ਇਹ ਸਰਹੰਦ ਨੂੰ ਨਹੀਂ ਮਿਲੀ ਮਨਜ਼ੂਰੀ ਐਸਡੀਪੀਸੀ ਨੇ ਬਿਆਨ ਦੇ ਵਿੱਚ ਕਿਹਾ ਹੈ ਜੀ ਕਮੇਟੀ ਦੇ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਅਧਿਕਾਰਤ ਬਿਆਨ ਜਾਰੀ ਕਰਦਿਆ ਕਿਹਾ ਸ਼ੋਰੂਮਨੀ ਕਮੇਟੀ ਵੱਲੋਂ ਇਸ ਇੱਕ ਇਤਿਹਾਸ ਨਾਲ ਸੰਬੰਧਿਤ ਕਿਸੇ ਵੀ ਫਿਲਮ ਤੇ ਹਰ ਪਹਿਲੂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਫੈਸਲਾ ਕੀਤਾ ਜਾਂਦਾ ਹੈ। ਲਿਹਾਜ਼ਾ ਦਾਸਤਾਂ ਸਰਹੰਦ ਫਿਲਮ ਚਲਾਉਣ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਗਲੋਬਲ ਮੰਦੀ ਦੇ ਵਿਚਕਾਰ ਭਾਰਤ ਏਸ਼ੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਚੁ ਸ਼ਾਮਲ OECD <coughs> OECD ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇਸ ਵਿੱਤੀ ਸਾਲ ਵਿੱਚ 6.6% ਦੀ ਵਿਕਾਸ ਦਰ ਦੇ ਨਾਲ ਚੱਲ ਰਹੇ ਰੂਸ-ਯੂਕਰੇਨ ਟਕਰਾਅ ਦੇ ਇੱਕ ਵਿਸ਼ਾਲ ਊਰਜਾ ਸਦਮੇ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਮੰਦੀ ਦੇ ਵਿਚਕਾਰ ਏਸ਼ੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਵਿੱਚੋਂ ਇੱਕ ਹੈ ਸਾਨੂੰ ਅਜਿਹਾ ਚੋਣ ਕਮਿਸ਼ਨਰ ਚਾਹੀਦਾ ਜੋ ਪ੍ਰਧਾਨ ਮੰਤਰੀ ਵਿਰੁੱਧ ਵੀ ਕਾਰਵਾਈ ਕਰ ਸਕਦਾ ਹੋਵੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਕਿਹਾ ਕਿ ਦੇਸ਼ ਨੂੰ ਇਸ ਵੇਲੇ ਟੀਐਨ ਸੈਸ਼ਨ ਵਰਗੇ ਚੋਣ ਕਮਿਸ਼ਨਰ ਦੀ ਲੋੜ ਹੈ ਅਸਲ ਵਿੱਚ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੀ ਮੌਜੂਦਾ ਨਿਯੁਕਤੀ ਪ੍ਰਕਿਰਿਆ ਦੀ ਸੰਵਿਧਾਨਕ ਵੈਦਤਾ ਨੂੰ ਚੁਣੌਤੀ ਦੇਣ ਵਾਲੀਆਂ ਪਟਿਸ਼ਨਾਂ 'ਤੇ ਸੁਣਵਾਈ ਕੀਤੀ ਇਸ ਦੌਰਾਨ ਜਸਟਿਸ ਕੇ ਐਮ ਜੋਸਫ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਕਿਹਾ ਕਿ ਸਾਨੂੰ ਅਜੇ ਇਹ ਮੁੱਖ ਚੋਣ ਅਫਸਰ ਦੀ ਚੋਣ ਕਮਿਸ਼ਨਰ ਦੀ ਲੋੜ ਹੈ ਜੋ ਪ੍ਰਧਾਨ ਮੰਤਰੀ ਖਿਲਾਫ ਕੋਈ ਇਲਜ਼ਾਮ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕਰ ਸਕਦਾ ਹੋਵੇ ਚੋਣ ਕਮਿਸ਼ਨਰ ਦੀ ਨੁਕਤੀ ਦੇ ਨਾਲ ਸੰਬੰਧਤ ਮਾਮਲੇ ਦੀ ਸੁਣਵਾਈ ਜਸਟਿਸ ਕੇ ਐਮ ਜੋਸਫ ਦੀ ਅਗਵਾਈ ਵਿੱਚ ਹੋਈ ਅਜਿਹੇ ਪਾਸਪੋਰਟ ਵਾਲੇ ਲੋਕ ਹੁਣ ਨਹੀਂ ਕਰ ਸਕਣਗੇ ਇਸ ਦੇਸ਼ ਦੀ ਯਾਤਰਾ ਨਿਜ਼ਮਾ ਤੇ ਵਿੱਚ ਬਦਲਾ ਭਾਰਤੀ ਪਾਸਪੋਰਟ ਤੇ ਇੱਕ ਹੀ ਨਾਮ ਵਾਲੇ ਯਾਤਰੀ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਈ ਦੀ ਯਾਤਰਾ ਨਹੀਂ ਕਰ ਸਕਣਗੇ ਯੂਏਈ ਦੇ ਅਧਿਕਾਰੀਆਂ ਨੇ ਵਪਾਰਕ ਭਾਈ ਵਾਲੀ ਇੰਡੀਕੋ 에ਅਰਲਾਈਨਸ ਨੂੰ ਕਿਹਾ ਕਿ ਟੂਰਿਸਟ ਯਾਤਰਾ ਜਾਂ ਕਿਸੇ ਹੋਰ ਕਿਸਮ ਦੇ ਵੀਜ਼ੇ ਦੇ ਯਾਤਰਾ ਕਰਨ ਵਾਲੇ ਦੇ ਪਾਸਪੋਰਟ ਤੇ ਸਮਾਨ ਨਾਮ ਵਾਲੇ ਯਾਤਰੀ ਨੂੰ ਯੂਏਈ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਨਾ ਲੋਕਾਂ ਨੂੰ ਹੀ ਮਿਲੇਗੀ ਯਾਤਰਾ ਕਰਨ ਦੀ ਇਜਾਜ਼ਤ ਪੁਲਿਸ ਨੇ ਕੋੜ ਚੁਕਿਆ ਕਿ ਨਸ਼ੇੜੀ ਚੂਹੇ ਖਾ ਕੇ 581 ਕਿਲੋ ਗਾਂਜਾ ਕੋੜਨੇ ਆ ਕੋ ਕਿਹਾ ਤਾਂ ਸਬੂਤ ਦਿਖਾਓ ਮਾਤਰਾ ਦੀ ਪੁਲਿਸ ਨੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜ ਜਦਾਲਤ ਨੂੰ ਪੁਲਿਸ ਤੇ ਇਸ ਬਿਆਨ ਤੇ ਯਕੀਨ ਕਰਨ ਔਖਾ ਪੁਲਿਸ ਨੇ ਗੱਲ ਸੁਣ ਕੇ ਜੱਜ ਵੀ ਹੈਰਾਨ ਹੋ ਗਿਆ ਜੀ ਨਸ਼ੇੜੀ ਚੂਹਿਆਂ ਵੱਲੋਂ 500 ਕਿਲੋ ਗਾਂਜਾ ਖਾਨ ਦਾ ਮਾਮਲਾ ਸਾਹਮਣੇ ਆਇਆ ਜੀ ਕੋਡਨੇ ਚੂਆਂ ਨੂੰ ਨੱਠ ਪਾਉਣ ਲਈ ਕਿਹਾ ਹੈ ਕਿਉਂਕਿ ਇਸ ਦੀ ਕੀਮਤ 60 ਲੱਖ ਰੁਪਇਆ ਪੁਲਸ ਨੇ ਜ਼ाहिर ਕੀਤੀ ਬੇਵਸੀ 24 ਘੰਟੇ ਲਈ ਬੰਦ ਰਹਿਣਗੇ ਸਾਰੇ SIM ਕਾਰ ਕੇਂਦਰ ਸਰਕਾਰ ਨੇ ਦੇਸ਼ ਚੂਲਾ ਲਾਗੂ ਕੀਤਾ ਨਵਾਂ ਨਿਯਮ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੇ ਕਈ ਮੈਸੇਜ ਵਾਇਰਲ ਹੁੰਦੇ ਨੇ ਇਨ੍ਹਾਂ ਚ ਕੁਝ ਮੈਸੇਜ ਝਾਲੀ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕਰਨਾ ਘਾਤਕ ਸਾਬਤ ਹੋ ਜਾਂਦਾ ਹੈ ਅਜਿਹਾ ਮੈਸੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੁਤੇ 24 ਘੰਟੇ ਦੇ ਲਈ ਬੰਦ ਰਹਿਣਗੇ ਸਾਰੇ ਸਮ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਜਿਹੜਾ ਕਿ ਫੇਕ ਹੈ ਵੱਡੀ ਖਬਰਾਂ ਜੀ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸ਼ਾਮਲੜ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਨੂੰ ਦੇਣ ਤੇ ਲਾਈ ਰੋਕ ਭਾਰਤ ਗਲੋਬਲ ਮੰਡੀ ਤੋਂ ਹੋਇਆ ਵਾਕ ਸਭ ਤੋਂ ਵਧੀਆ ਰੁਜ਼ਗਾਰ ਆਉਣਾ ਅਜੇ ਬਾਕੀ ਹੈ ਵਲਖਸ ਤੇ ਮਹਿੰਗਾ ਵੇਚਣ ਦੇ ਚੱਕਰ ਚ ਫਰੀਦਕੋਟ ਦੀ ਕੁੜੀ ਨਾਲ ਜੋ ਹੋਇਆ ਉਹ ਡਗੇ ਹੋਸ਼ ਹਵਾਸ ਇੱਕ ਕੁੜੀ ਦੇ ਨਾਲ ਆਨਲਾਈਨ ਠੱਗੀ ਲਹਿੰਗਾ ਵੇਚਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਖਰੀਦਦਾਰ ਨੇ ਧੋਖੇ ਦੇ ਨਾਲ ਉਸਦੇ ਖਾਤੇ ਵਿੱਚੋਂ 7 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਾਈਬਰ ਥਾਣਾ ਪੁਲਿਸ ਨੂੰ ਸ਼ਿਕਾਇਤ ਵਿੱਚ ਹਰਨੂਰ ਨੇ ਦੱਸਿਆ ਕਿ ਆਪਣਾ ਲਹਿੰਗਾ ਵੇਚਣਾ ਸੀ ਜਿਸ ਲਈ ਉਸਨੇ OLX ਤੇ ਇਸ਼ਤਿਹਾਰ ਦਿੱਤਾ ਸ਼ਿਵਮ ਕੁਮਾਰ ਨੇ ਲਹਿੰਗੇ ਲਈ ਭੁਗਤਾਨ ਕਰਨ ਲਈ ਬਾਰ ਕੋਡ ਸਾਂਝਾ ਕੀਤਾ ਦੱਸਿਆ ਕਿ ਇਸ ਨੂੰ ਸਕੈਨ ਕਰਨ ਤੇ ਮੇਰੇ ਭੁਗਤਾਨ ਮੇਰੇ ਖਾਤੇ ਦੇ ਵਿੱਚ ਕ੍ਰੈਡਿਟ ਹੋ ਜਾਵੇਗਾ ਜਿਵੇਂ ਉਸਨੇ ਬਾਰ ਕੋਡ ਕੈਡ ਕੀਤਾ ਤਾਂ ਮੇਰੇ ਖਾਤੇ 'ਚ 16000 ਰੁਪਏ ਉਸ ਦੇ ਖਾਤੇ 'ਚ ਟ੍ਰਾਂਸਫਰ ਹੋ ਗਏ ਮੈਂ ਉਸ ਵਿਅਕਤੀ ਨੂੰ ਫੋਨ ਕਰਕੇ 16000 ਰੁਪਏ ਵਾਪਸ ਕਰਨ ਲਈ ਕਿਹਾ ਉਸ ਨੇ ਮੈਨੂੰ ਆਪਣਾ ਬੈਂਕ ਖਾਤਾ ਦੱਸਾਂ ਉਸ ਦੇ ਵਿੱਚ ਵਾਪਸ ਕਰਦੇ ਓਟੀਪੀ ਦੱਸਣ ਲਈ ਕਿਹਾ ਜਿਵੇਂ ਹੀ ਮੈਂ ਉਸ ਨੂੰ ਵੇਰਵੇ ਦਿੱਤੇ ਤਾਂ ਮੇਰੇ ਖਾਤੇ ਵਿੱਚੋਂ 6,99,000 ਰੁਪਏ ਨਿਕਲਣ ਦਾ ਮੈਸੇਜ ਆਇਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ ਭਾਰਤ ਸਰਕਾਰ ਦੇ ਵੱਲੋਂ ਕੀਤੇ ਸਰਵੇਖਣ ਚ ਹੋਇਆ ਖੁਲਾਸਾ ਪੰਜਾਬ 380 ਸਕੂਲਾਂ ਚ ਨਹੀਂ ਹਨ ਪੱਖਾਨੇ ਸੋ ਵੱਡੀ ਖਬਰ ਹੈ ਪੰਜਾਬ ਦੇ 380 ਸਕੂਲਾਂ ਦੇ ਵਿੱਚ ਪੱਖਾਨੇ ਹੀ ਨਹੀਂ ਹਨ